ਬਤਨਾ ਲੈਂਦੀ ਮੰਨ ਲੈਂਦਾ ਤੋ ਪਹਿਲੀ ਗੱਲ ਮਾਂ ਦੁਨੀਆ ਹਸਨ ਕੀਤੀ ਹੈ ਨਾਨਾ ਮੈਂ ਹਸਨ ਹਾਂ ਨਾਨਾ ਦੱਸਣ ਆਇਆ ਅੰਮਾ ਬਿਮਾਰ ਨੇ ਨਾਨਾ ਜੀ ਤਾਂ ਤੁਹਾਡੀ ਜੁਦਾਈ ਨਹੀਂ ਭੁੱਲੀ ਨਾਨਾ ਅੱਗੇ ਵੀ ਅੰਮਾ ਟੋਰਦੇ ਆਣੇ ਇੰਝ ਨਾ ਰੋਂਦੇ ਜਿਵੇਂ ਅੱਜ ਰੋ ਰਹੇ ਨੇ ਨਾਨਾ ਕੀ ਵਜ੍ਹਾ ਦੱਸੋ ਨਾ ਨਾਨਾ ਅੰਮਾ ਅੱਜ ਜ਼ਿਆਦਾ ਰੋ ਰਹੇ ਨੇ ਸ਼ੀਆਂ ਸੁਣੀਆਂ ਚਾਰ ਗੱਲਾਂ ਹੋਈਆਂ ਨੇ ਜਵਾਬ ਨਹੀਂ ਆਇਆ ਪਤਾ ਨਹੀਂ ਕੋਈ ਪੰਜਵੀਂ ਗੱਲ ਹਸਨ ਕਰਨ ਲੱਗੇ ਨੇ ਰੋਂਦਾ ਹੋਇਆ ਗਰੀਬ ਅੱਗੇ ਵਧਿਆ ਹੁਸੈਨ ਹਸਨ ਦੇ ਮੁੰਡੇ ਤੇ ਹੱਥ ਰੱਖਿਆ ਦਾ ਅਮੀਰਾਂ ਨੂੰ ਮੰਗਣ ਦਾ ਵੱਲ ਨਹੀਂ ਆਇਆ ਪਿੱਛੇ ਉਹ ਤੂੰ ਅਮੀਰੇ ਉਹ ਬਾਦਸ਼ਾਹ ਏ ਗਰੀਬ ਜਾਣੇ ਗਰੀਬ ਦਾ ਨਾਨਾ ਜਾਣੇ ਕਬਰ ਤੇ ਹੱਥ ਰੱਖਿਆ ਦਾ ਨਾਨਾ ਵੱਡਾ ਫਿਰਾਏ ਪਿਉਆਂ ਦੀ ਜਾਏ ਹਸਨ ਇਮਾਮ ਅਮੀਰੇ ਅਮੀਰਾਂ ਦੇ ਆਪਣੇ ਅੰਦਾਜ਼ ਉਹਦੇ ਨੇ ਅੰਦਾਜ਼ ਪਿਆ ਦੱਸਦਾ ਅੰਮਾ ਬਿਮਾਰ ਏ ਤੇਰੀ ਕਸਮ ਏ ਬਿਮਾਰ ਨਹੀਂ ਅੰਮਾ ਜ਼ਖਮੀ ਏ ਨਾਨਾ ਮੈਂ ਦੱਸਣ ਆਇਆ ਤੇਰੇ ਬਾਅਦ ਅੰਮਾ ਨੂੰ ਮਾਰਦੇ ਹੈ ਨਾਨਾ ਤੀਸਰਾ ਮਹੀਨਾ ਹੋ ਗਿਆ ਅੰਮਾ ਸਾਡੇ ਨਾਲ ਗੱਲ ਕਰ ਦਈਏ ਚਿਹਰੇ ਤੇ ਪਰਦਾ ਰੱਖ ਮੈਂ ਸਦਕੇ ਮੈਂ ਸਦਕੇ ਨਾਨਾ ਅੰਮਾ ਗੱਲ ਕਰਦੀ ਏ ਸਾਡੇ ਵੱਲ ਚਿਹਰਾ ਨਹੀਂ ਕਰਦੀ ਨਾਨਾ ਭਾਵੇਂ ਮੈਂ ਛੋਟਾ ਮੇਰੀ ਮਾਂ ਦਾ ਚਿਹਰਾ ਜ਼ਖਮੀ ਉੱਠੋ ਮੈਨੂੰ ਅਰਸ਼ ਦੀਆਂ ਪੋਸ਼ਾਕਾਂ ਮੰਗਾ ਕੇ ਦੇਣ ਵਾਲਾ ਉੱਠੋ ਮੈਨੂੰ ਮੋਹਣਿਆਂ ਤੇ ਬਿਠਾ ਕੇ ਗਲੀਆਂ ਦੀਆਂ ਸੈਰਾਂ ਕਰਾਵਣ ਵਾਲਾ ਮੈਂ ਇੱਕੋ ਗੱਲ ਪੁੱਛਣ ਆਇਆ ਅੱਜ ਪੋਸ਼ਾਕਾਂ ਨਹੀਂ ਸਵਾਰੀਆਂ ਨਹੀਂ ਉੱਠਣਾ ਪੁੱਛਦੇ ਨਾ ਮੇਰੀ ਅੰਮਾ ਨੂੰ ਕਿਉਂ ਮਾਰਿਆ ਏਡੇ ਦਰਦਾਂ ਦੇ ਨਾਲ ਹੁਸੈਨ ਵੇਣ ਕੀਤੇ ਨੇ ਯਸਰਬ ਹੱਲਣ ਲੱਪੇ ਕਬਰ ਚਵਾ ਲਈਏ ਵੱਲ ਵੰਜੋ ਮਾਂ ਮਰ ਗਈ ਨੇ ਉਹ ਮੇਰੇ ਬੱਚੜੇ ਯਤੀਮ ਹੋ ਗਏ ਹੋ ਮੇਰੀ ਕਬਰ ਨਾ ਹਲਾਓ ਇਹਦੇ ਦਰਦਾਂ ਦੇ ਨਾਲ ਸ਼ਬੀਰ ਵੇਣ ਕੀਤੇ ਜਦਨ ਪਤਾ ਲੱਗਿਆ ਅੰਮਾ ਮਰ ਗਈ ਇਹੋ ਵਜ੍ਹਾ ਅੰਮਾ ਮੈਂ ਉਠਾਈ ਰਹੇ ਨੇ ਨਾ ਲੈਣ ਸਹੀਦਾ ਨਹੀਂ ਪਾਈਆਂ ਪਹਿਲੀ ਵਾਰੀ ਭਾਈ ਤੂੰ 7 ਸਾਲ ਦੇ ਦਰਮਿਆਨ ਉਮਰਾਂ ਨੇ ਸਜ਼ਾ ਦਿਆਂ ਦੀ ਪੇਰਾਂ ਚ ਨਾ ਲੈਣ ਕੋਈ ਨਹੀਂ ਸਰਾਂ ਤੇ ਮਾਮੇ ਕੋਈ ਨਹੀਂ ਵਾਪਸ ਭੱਜ ਪਏ ਨੇ ਅੰਮਾ ਮਰ ਗਈ ਏਡਾ ਸੋਹਣਾ ਜੁਮਲੇ ਤਾਰੀਖ ਬਣਦੀ ਸੀ ਜੇ ਕਿਸੇ ਨੂੰ ਸਮਝ ਆ ਗਏ ਹਸਨ ਵੀ ਤੁਰੇ ਹੁਸੈਨ ਵੀ ਤੁਰੇ ਨਾਨੇ ਦੀ ਕਬਰ ਤੋਂ ਨਿਕਲੇ ਨੇ ਰੁੱਖ ਜੁਦਾ ਹੋ ਗਏ ਹਸਨ ਭੱਜਦਾ ਆਪਣੇ ਘਰ ਆ ਲੈ ਮਾਤਮੀਓ ਹੁਸੈਨ ਮਾਂ ਦੀ ਸ਼ਹਾਦਤ ਸੁਣ ਕੇ ਆਪਣੇ ਘਰ ਨਹੀਂ ਆਇਆ ਮਦੀਨੇ ਦੀਆਂ ਗੱਲੀਆਂ ਨੇ ਨਿੱਕੀਆਂ ਨਿੱਕੀਆਂ ਬਾਈ ਸਰ ਤੇ ਰੱਖ ਕੇ ਪਿਆ ਗਏ ਹੁਣ ਆਰਾਮ ਨਾਲ ਸਮੇ ਮੇਰੀ ਮਾਂ ਮਰ ਗਈ ਨੇ ਉਹ ਜਿਹਦੇ ਵੇਣ ਤੁਹਾਨੂੰ ਸੰਭਣ ਨਹੀਂ ਦੇਂਦੇ ਅੱਜ ਮੇਰੀ ਮਾਂ ਦੀ ਜਿੰਦ ਦੁੱਖਾਂ ਤੋਂ ਮਰਹਬਾ 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 ਬਈ ਇਹ ਤੁਹਾਡਾ ਅਕੀਦਾ ਹੈ ਇਹ ਤੁਹਾਡਾ ਪਿਆਰ ਹੈ ਸ਼ਰਾਨੇ ਨਾਲ ਇਹ ਕੋਈ ਮੇਰੀ ਦਾਖਰੀ ਇੰਜ ਬੰਦੇ ਤੜਪ ਕੇ ਆਪਣਿਆਂ ਨੂੰ ਨਹੀਂ ਰੋਂਦੇ ਯਾ ਰਸੂਲ ਅੱਲਾ ਜਿਵੇਂ ਤੇਰੇ ਉਮਤੀ ਤੇਰੀ ਧੀ ਨੂੰ ਪੈ ਰੋਂਦੇ ਇਹਨਾਂ ਰੋਣ ਵਾਲਿਆਂ ਤੇਰੇ ਫਰਮਾਈ ਯਾ ਰਸੂਲ ਅੱਲਾ ਆਪਣੀ ਬੇਟੀ ਦੇ ਸਦਕਾ ਮਾਂ ਸ਼ਰੀ ਚ ਇਹਨਾਂ ਨੂੰ ਨਾ ਰੋਣ ਦੇ ਕੁੱਲੋ ਐਨ ਬਾਕੀਅਤੁਨ ਫੀ ਯੌਮਿਲ ਕਿਆਮਾ ਇਲਾ ਐਨਨ ਬਕਤ ਅਲਲ ਹੁਸੈਨ ਮੇਰੇ ਬਾਦਸ਼ਾਹ ਫਰਮੈਂਦੇ ਨੇ ਹਰ ਅੱਖ ਮੈਦਾਨ ਮਾਸ਼ਰ ਰੋ ਰਹੀ ਸੀ ਉਹ ਨਾ ਰੋ ਸੀ ਜਿਹੜੀ ਹੁਸੈਨ ਨੂੰ ਰੋ ਸੀ ਲੈ ਸਜ ਗਏ ਹੋ ਇਹੋ ਵਜ੍ਹਾ ਪਹਿਲੇ ਹਸਨ ਗਾ ਰਹਾ ਹੈ ਫਿਲਾ ਦੀ ਆਓ ਬਿਸਮਿਲਾ ਖਾਣਾ ਖਵਾ ਹਸਨ ਨੂੰ ਖਾਣੇ ਦਾ ਆਖਿਆ ਨੇ ਰੋ ਕੇ ਆਦੇ ਨੇ ਹੈ ਫਿਜ਼ਾ ਇਨਸਾਫ ਕਰ ਜਿਨ੍ਹਾਂ ਦੀਆਂ ਮਾਵਾਂ ਮਰ ਜਾਣ ਉਹ ਖਾਣੇ ਤਾਂ ਨਹੀਂ ਖਾਂਦੇ ਸਨਾ ਨੇ ਦੱਸਿਆ ਸੀ ਯਤੀਮ ਹੋ ਗਿਆ ਇਤਨੀ ਦੇਰ ਨੂੰ ਹੁਸੈਨ ਆ ਗਏ ਨੇ ਜਿਹੜਾ ਜੰਮੇ ਸ਼ੀਆ ਮਾਂ ਦੀ ਝੋਲੀ ਚ ਮਾਤਮੀ ਉਸ ਮਾਤਮੀ ਨਾਲ ਮੇਰੀ ਗੱਲ ਇਹ ਜੁਮਲੇ ਦੀ ਉਸ ਨੂੰ ਸਮਝ ਆ ਸੀ ਸੁਣੀ ਭਾਈ ਸ਼ਾਇਦ ਨਾ ਸਮਝ ਸਕਣ ਹਸਨ ਦਾਖਲ ਹੋਏ ਫਿਜ਼ਾ ਦੀ ਮੈਂ ਖਾਣੇ ਪੁੱਛਣੇ ਹੁਸੈਨ ਦਾਖਲ ਹੋਏ ਚਿਹਰਾ ਵੇਖ ਕੇ ਫਿਜ਼ਾ ਦੀ ਮੈਨੂੰ ਖਾਣੇ ਪੁੱਛਣੇ ਭੁੱਲ ਗਏ ਇਹੋ ਜਿਹੀ ਚਿਹਰੇ ਦੀ ਕਫੀਅਤ ਹੈ ਬੇਵਸ ਬਵਾਲ ਕਿਆ ਦੀ ਹੁਸੈਨ ਪਾਣੀ ਦੇਵਾ ਰੋ ਰੋ ਕਿਆ ਦੇ ਤਰੇ ਅਸੀਂ ਯਤੀਮ ਹੋ ਗਏ ਹੱਥ ਬੰਨ ਕੇ ਮਨਾ ਕਰ ਗਈ ਜੇ
किसम ना कीते फरमे तुहाडी अम्मा हसन चुप कीते हुसैन दो कदम पिछे हटके दे फिजा सारियां नु मने या इकल्ले नु रो क्या दिए जे सच्ची पूछे हुसैन ना सिर्फ तेरा ले लिए सा छोटे आन ओके हाथ रखे सा निके निके ले क्या दिए हुसैन मेरी जख्मी मैयत ते नावे उठाई मिट्टियां ते बैठे आसमान अलमो कर गल मेरा अल्लाह मैं जो गरीब और मेरा अल्लाह मैं गरीब जो बना लई अमीरा नु किसे मना नहीं कीता हुण बैठे उठिया कदने ओ आखरी वे जदन सैयदा दा जनाजा अली जान लगे अली बतूल दा जनाजा तैयार कर क्या देने आजो एक आखरी वेले मां दा मुंह वेखो मैं तोड़ी मां दा जनाजा चा सारे आगे बतूल मां दा मुंह वेखण से वल हुसैन हुसैन आया अली अदन उठना मिला दे मैं इन नहीं मिलना मैं मना कर गई ये आखो मैं बुला ले किने बुलावे फरमे बाबा कफनिच बतूल बोल सकती है मरियम कफनिच ईसा नाल बोली आई मेरी अम्मा भी बतूल है बोल सकती है ते आखो मैं बुला ले किवे फरमे ਜਿਵੇਂ ਜ਼ਿੰਦਗੀ ਚ ਬੁਲਾਉਂਦੀ ਹੈ ਉਹ ਵੇਲਾ ਮੈਨੂੰ ਨਹੀਂ ਭੁੱਲਦਾ ਮਾਂ ਵੇਣ ਚ ਬੈਠੀ ਆਉਂਦੀ ਆਈ ਮੇਰੇ ਅਲ ਬਾਈ ਕਰ ਕੇ ਆਦੀ ਆਓ ਮੇਰਾ ਪਿਆਰਾ ਹੁਸੈਨ ਅਜਵਾਂ ਮਰੀਮ ਦੇ ਬੁਲਾਵੇ ਅਲੀ ਆ ਦਿਨ ਗੱਲ ਮੁੱਕੀ ਹੈ ਜਿਹੜਾ ਹੱਥ 95 ਦਿਨਾਂ ਚ ਪਾਸੇ ਸੁਣਾਈ ਉੱਠਿਆ ਅੱਜ ਜ਼ੈਨਬ ਦੀ ਮਾਂ ਦੇ ਕਫਨ ਦੇ ਬੰਦ ਟੁੱਟ ਗਏ ਅੱਜ ਦੋਵੇਂ ਹੱਥ ਬਾਹਰ ਕੱਢ ਕੇ ਆਦੀ ਹੈ ਆਓ ਮੇਰਾ ਭਜਦੇ ਘੋੜੇ ਤੋਂ अम्मा मां करके मां के गल लगे आखरी क्यों ला रात में हुसैन उसी बैठे एक आखरी मैन में लाजमी मेरे सुन्नी भाई बैठे थोड़ी फिक्र च मातम कोई नहीं तुसी नहीं करना मातम हो इबादत आखियां होंदी नहीं रुकियां रुकदी नहीं उस बहन नु आखी मौलवी कोल पुछे जिदा फिरा एक्सीडेंट नाल मर गया उनु आखी जा मौलवी कोल पुछ के मातम बिदत ते ओ पुछेगी उनु ना चादर दी होश ओदे वाल खुले होए दो हत्थी फिट गया सी ओ बंदियों मैं उजड़ गई जे मेरा बादशाह इदा मतलब है मातम दा तल्लक मजहब नाल नहीं मातम दा तल्लक रिश्ते नाल है जितना साथ होवे उतना सेफ होंदा है जिस दिन तेन पता लगा मोहम्मद दी दीन मारिया ने तेरे कोल उसे दिन मरहबा 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 मैं ਤੁਸੀਂ ਸਿਰਫ ਹਾਏ ਕਰ ਲਵੇ ਹਾਏ ਕਰਕੇ ਨਹੀਂ ਕਿਰਾ ਮਨ ਕਾਤੇ ਬੈਨ ਤੇਰੇ ਨਾਮ ਅਮਾਲ ਚ ਲਿਖ ਲੈ ਸਨ ਯਾ ਰਸੂਲ ਅੱਲਾ ਤੇਰੀ ਦੀ ਦਾ ਦੁੱਖ ਸੁਣ ਕੇ ਹਾਏ ਕਰਦਾ ਆਖਰੀ ਜੁਮਲਾ ਮਾਂ ਬੁਲਾਇਆ ਅੰਮਾ ਮਾਂ ਕਰਕੇ ਮਾਂ ਦੇ ਗੱਲ ਲੱਗਾ ਹੌਲੇ ਹੌਲੇ ਸੈਯਦਾ ਦੇ ਲਾਪੇ ਹੱਲੇ ਆਂਟੇ ਪਿਆ ਦੀਏ ਬੇਟਾ ਇਹ ਮੇਰਾ ਉਧਾਰ ਹੈ ਜਿਹੜਾ ਅੱਗੇ ਮੈਂ ਜ਼ਿੰਦਗੀ ਤੈਨ ਬੁਲਾਉਂਦੀ ਰਹੀ ਆ ਉਹ ਮੇਰਾ ਪਿਆਰ ਹੈ ਜਿਹੜਾ ਅੱਜ ਬੁਲਾਇਆ ਉਹ ਮੇਰਾ ਉਧਾਰ ਹੈ ਇਹ ਮੈਂ ਉਧਾਰ ਮੰਗਣਾ ਸਾਂ ਮੇਰਾ ਉਧਾਰ ਲਹਾਵੇਂ ਅੰਮਾ ਮੈਂ ਜ਼ਰੂਰ ਲਹਿ ਸਾਂ ਕਦਰ ਲੱਥਾ ਉਧਾਰ ਕਰਬਲਾ ਦਾ ਮੈਦਾਨ ਏ 11 ਮੁਹਰਮ ਦੀ ਰਾਤ ਏ ਜਿਹਨੂੰ ਸ਼ਾਮੇ ਗਰੀਬਾਂ ਦੇ ਜਿਨ੍ਹਾਂ ਦੇ ਮਾਣ ਆਣ ਉਹ ਲਹਿ ਗਏ ਲਾਸ਼ਾਂ ਤੇ ਘੋੜੇ ਭੱਜ ਗਏ ਛੁੜਾਵੇਂ ਵਾਲਾ ਕੋਈ ਨਾ ਰਿਹਾ ਅਲੀ ਦੀਆਂ ਨੂੰਹਾਂ ਤੇ ਧੀਆਂ ਕੈਦ ਹੋ ਗਈਆਂ ਸ਼ਾਮੇ ਗਰੀਬਾਂ ਦੀ ਅੱਧ ਰਾਤ ਵੇਲਾ ਹੋਇਆ ਬਜਦਲ ਬਿਨ ਸਲੀਮ ਤੇ ਖੁਦਾ ਲਾਮਤ ਕਰੇ ਉਸਲੇ ਜੰਗ ਜੂ ਮਰਦੇ ਮੈਦਾਨ ਲਿਬਾਸ ਉੱਤੇ ਇੱਕ ਬੈਲਟ ਨਮਾ ਕਮਰ ਬੰਦ ਬੰਦੇ ਆ ਹੁਸੈਨ ਨੇ ਇੱਕ ਕਮਰ ਬੰਦ ਬੰਦਾ ਇਹ ਆਮ ਨਹੀਂ ਅਲੀ ਅਸਗਰ ਦੇ ਨਾਮ ਕੀ ਹਦੀਆ ਕੀ ਕਰ ਇਸ ਕਮਰ ਬੰਦ ਵਿੱਚ ਹੀਰੇ ਤੇ ਜੋ ਹਰਾਤ ਜੜੇ ਹੋਏ ਆ ਇਤਨੇ ਕੀਮਤੀ ਮੋਤੀ ਆਣ ਕਾਇਨਾਤ ਗਰਕ ਹੋਵੇ ਫਿਰ ਆਬਾਦ ਹੋਵੇ ਇਹਨਾਂ ਦੀ ਕੀਮਤ ਜ਼ਿਆਦਾ ਇਸ ਲਾਲਚੀ ਬੇਗੈਰਤ ਦੀ ਤਾਂ ਕਈ ਅਲੀ ਅਕਬਰ ਦੇ ਬਾਬੇ ਦੇ ਕਮਰ ਬੰਦ ਇਹਨੂੰ ਪੱਕ ਹੋ ਗਿਆ ਹੁਸੈਨ ਦੇ ਛੁੜਾਵਣ ਵਾਲਾ ਕੋਈ ਨਹੀਂ ਹੁਸੈਨ ਦੀ ਲਾਸ਼ ਤੇ ਆਇਆ ਕਮਰ ਬੰਦ ਖੋਲਣਾ ਸ਼ੁਰੂ ਕੀਤਾ ਬੇਤਰਤੀਬ ਕੱਟੀਆਂ ਰਗਾਂ ਚ ਆਵਾਜ਼ ਆਈ ਓ ਮਲੌਨ ਹਯਾ ਕਰ ਕੱਲ ਮੇਰੀ
میری لاش تے میریاں بہن آؤں میں ان پہ فرض کر کے نمار اس محیا نہیں آیا اس پھر کوشش کی تھی ہے شہید اعظم دا سجا ہاتھ اٹھے کمر بند تے آیا ہے بے غیرت نو بھول گیا کمر بند جدر سونی مندری حسین دے ہاتھ نظر آئیے میں نے ممبر دی قسم اعلان دارے نہیں لتھی ہو جتنے ہلکے دے ماتمی بیٹھے ہو اس ملون پتھر دی پڑی تھلے رکھی ہوتے زینب دے بھرا آلا ہاتھ رکھے تو آنے زنجیر دا ماتم آمد نساں کیوے نہ کریے مرن دے بعد حسین دے ہاتھ ضربہ ماریاں نے ترے ضربہ دے نال انگل بھی کٹ کے لے گیا مندری بھی لے گیا عرش خدا دا حلن نہ پیا ارشد نور دیا اماریاں لکھیاں محمد مصطفیٰ علی مرتضی حسن مجتبا شبیر دی علاج آئیے نانا بابا بھائی سارے آئے او میری اماں کیوں نہیں آئی علی دن جنت جو ساڑے نال آئیے او ٹپے دے کھلو کیا دیے ٹر جاؤ میں چکیاں پی پی پالیے آج میں بگاوے پتہ لگے ماں دار منگن آ گئی ہے شبیر دی لاش کروٹا بدلیاں نے جتھے ماں کھلوتی آئی اٹھایا پتر ماں دے قدمہ چاہے تے کٹیاں رگا چلا پیانے تائے کفن وچوں میں کو سدیا ہاں پے کفن سدے نہیں آوان دادا دگرے ماتم حسین ماتم حسین